ਜਾਨਵਰਾਂ ਦੀ ਹੱਡੀਆਂ ਵਿੱਚੋਂ ਇਹ ਮਗਜ਼ ਸੁੱਕ ਗਿਆ ਹੈ। ਸਖਤ ਗਰਮੀ ਦੀ ਵਜ੍ਹਾ ਦੇ ਨਾਲ, ਬਾਰਿਸ਼ ਨਾ ਹੋਣ ਦੀ ਵਜ੍ਹਾ ਦੇ ਨਾਲ ਜਾਨਵਰ ਵੀ ਮਰ ਰਹੇ ਨੇ, ਪਾਣੀ ਦੇ ਜ਼ਖਾਇਰ ਖੁਸ਼ਕ ਹੋ ਚੁੱਕੇ ਨੇ। ਯਾ ਅੱਲਾ ਕਰਮ ਫਰਮਾ। ਫਿਰ ਹਜ਼ੂਰ ਦਾ ਤਵੱਸਲ ਪੇਸ਼ ਕਰਦੇ ਨੇ ਜਨਾਬੇ ਬਿਲਾਲ ਬਿਨ ਹਾਰਿਸ ਅਲ ਮੁਜ਼ਨੀ ਰਜ਼ੀ ਅੱਲਾਹੁ ਤਾਲਾ ਨੂੰ। ਹਜ਼ੂਰ ਕਰੀਮ ਅਲੈਹਿਸਸਲਾਮ ਦੀ ਬਾਰਗਾਹ ਸਲਾਮ ਅਰਜ਼ ਕਰਨ ਗਏ ਨੇ। ਰੋਜ਼ ਰਸੂਲ ਦੀ ਆਦਰੀ ਦੇ ਕੇ ਜਦੋਂ ਬੈਠੇ ਨੇ, ਊਂ ਗਈ ਏ ਖਾਬੰਦਰ ਨਬੀ ਪਾਕ ਦਾ ਦੀਦਾਰ ਹੋ ਗਿਆ ਏ। ਫਰਮਾ ਬਿਲਾਲ ਬਿਨ ਹਾਰਿਸ ਜਾ ਕੇ ਉਮਰ ਬਿਨ ਖਤਾਬ ਨੂੰ ਕਹਿ ਦੇ, ਤੇਰੇ ਤੇ ਅੱਲਾ ਰਾਜ਼ੀ ਏ, ਪਰੇਸ਼ਾਨ ਨਾ ਹੋ, ਅੱਲਾ ਬਰਾ ਨੇ ਕਰਮ ਨਾਜ਼ਿਲ ਫਰਮਾਏਗਾ, ਕਹਿਤ ਵੀ ਦੂਰ ਹੋ ਜਾਏਗਾ, ਗੱਲੇ ਦਾ ਕਹਿਤ ਵੀ ਦੂਰ ਹੋ ਜਾਏਗਾ, ਨਜ਼ੂਲ ਰਹਿਮਤ ਵੀ ਹੋਵੇਗਾ। ਇਹਦਾ ਮਤਲਬ ਫਾਰੂਕੇ ਆਜ਼ਮ ਵਰਗਾ ਹੁਕਮਰਾਨ ਹੋਵੇ ਜਿਹਦਾ ਜਿਹਦਾ ਅਦਲ ਤੇ ਇਨਸਾਫ਼ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੇ ਕਿਆਮਤ ਤੱਕ ਮਸ਼ਹੂਰ ਰਹਿਣਾ ਹੈ। ਅਗਰ ਉਹਦੇ ਦੌਰ ਦੇ ਅੰਦਰ ਵੀ ਮੁਸ਼ਕਲ ਵੇਲਾ ਆ ਜੇ ਮਖਲੂਕ ਤੇ ਖੁਦਾ ਤੇ ਫਿਕਰ ਉਹਨੂੰ ਵੀ ਲੱਗ ਜਾਂਦਾ ਹੈ, ਯਾ ਅੱਲਾ ਮੇਰੇ ਕੋਲ ਕਿਹੜੀ ਬੇਅਦਬੀ ਹੋ ਗਈ ਹੈ, ਅਗਰ ਜ਼ਲਜ਼ਲਾ ਆਉਂਦਾ ਹੈ ਤੇ ਕੋੜਾ ਮਾਰਦੇ ਨੇ ਜ਼ਮੀਨ, ਤੇਰੇ ਦੀ ਉਮਰ ਅੱਲਾ ਦੀ ਅੱਲਾ ਦਾ ਇਨਸਾਫ ਨਹੀਂ ਕਰਦਾ, ਯਾਨੀ ਕਿਤਾਬ ਅੱਲਾ ਦੇ ਆਕਾਮਾਤ ਦੇ ਮੁਤਾਬਕ ਫੈਸਲੇ ਨਹੀਂ ਕਰਦਾ। ਇਹਦਾ ਮਤਲਬ ਹੈ ਅਗਰ ਇਤਾਬ ਦੀਆਂ ਝਲਕੀਆਂ ਆਉਂਦੀਆਂ ਨੇ ਬਾਦਸ਼ਾਹਾਂ ਦੀਆਂ ਗਲਤੀਆਂ ਤੇ ਮਖਲੂਕ ਦੇ ਅਮਾਲ ਦੀ ਵਜ੍ਹਾ ਨਾਲ ਆਉਂਦੀਆਂ ਨੇ, ਲੇਕਿਨ ਮੋਮਨ ਦੀ ਸ਼ਾਨ ਏ ਵੇ ਜਦੋਂ ਮੋਮਨ ਤੇ ਕੋਈ ਇਤਾਬ ਆਉਂਦਾ ਏ, ਅਗਰ ਤੌਬਾ ਸੱਚੀ ਕਰ ਲੇ ਮਰ ਜਾਏਗਾ ਤੇ ਸ਼ਹੀਦ ਏ, ਬਚ ਜਾਏਗਾ ਤੇ ਨੇਕ ਮੋਮਨ ਬਣ ਜਾਏਗਾ। ਦੇਖੋ ਨਾ, ਹੁਣ ਤੇ ਮੈਂ ਵੈਸੇ ਸੋਚ ਰਿਹਾ ਸਾਂ ਜਿਸ ਦਿਨ ਲੋਕਡਾਊਨ ਹੋਇਆ ਕਿ ਹੁਣ ਸਾਡੀ ਮਸਜਿਦ ਥੋੜ੍ਹੀ ਪੈ ਜਾਣੀ, ਲੋਕਾਂ ਨੂੰ ਮਸਜਿਦ 'ਚ ਆਉਣਾ, ਕੰਮ ਤਾਂ ਹੈ ਕੋਈ ਨਹੀਂ। ਅੱਗੇ ਹੁੰਦਾ ਸੀ ਮੇਰੀ ਦੁਕਾਨ ਨਹੀਂ ਜਨਾਬ, ਮੈਂ ਦੁਕਾਨ 'ਤੇ ਜਾਂਦਾ, ਉੱਥੇ ਪੜ੍ਹ ਲੈਣਾ, ਉੱਥੇ ਪੜ੍ਹਨਾ, ਉਹ ਜਨਾਬ ਟਾਈਮ ਨਹੀਂ ਲੱਗਦਾ, ਉਹ ਮੈਂ ਜਨਾਬ ਗੱਡੀ ਚਲਾਉਂਦਾ ਵਾਂ, ਮੁਸਾਫਿਰ ਹਾਂ, ਬਸ ਵਕਤ ਨਹੀਂ ਲੱਗਦਾ। ਹੁਣ ਤਾਂ ਹਰ ਚੀਜ਼ ਬੰਦ, ਸਿਰਫ ਅੱਲਾ ਦੇ ਘਰ ਦਾ ਦਰਵਾਜ਼ਾ ਖੁੱਲ੍ਹਦਾ, ਅਤੇ ਹੁਣ ਵੀ ਜਿਹੜਾ ਬੰਦਾ ਨਮਾਜ਼ ਨਾ ਪੜ੍ਹੇ ਅਤੇ ਫਿਰ ਉਹ ਆ ਕੇ ਯਾ ਅੱਲਾ ਮੇਰੇ ਤੋਂ ਅਜ਼ਾਬ ਟਾਲ ਦੇ, ਤਾਂ ਫਿਰ ਦਾ ਮਤਲਬ ਹੈ ਕਿ ਇਹਨੂੰ ਇਹਦਾ ਦੁਆ ਮੰਗਣਾ ਠੀਕ ਨਹੀਂ। ਤੂੰ ਰੱਬ ਦੀ ਬਾਰਗਾਹ ਚੁੱਕ ਤਾਂ ਸਹੀ, ਅੱਲਾ ਨੂੰ ਆਪਣੇ ਖੌਫ ਨਾਲ ਰੋਣ ਵਾਲੀਆਂ ਅੱਖਾਂ ਪਸੰਦ, ਉਹਨੂੰ ਆਪਣੇ ਖੌਫ ਨਾਲ ਲੜਨ ਵਾਲਾ ਦਿਲ ਪਸੰਦ, ਰੱਬ ਨੂੰ ਆਪਣੀ ਬਾਰਗਾਹ ਚੁੱਕਣ ਵਾਲੇ ਬੰਦੇ ਪਸੰਦ। ਸਹੀ ਮੁਸਲਿਮ ਦੇ ਹਦੀਸ ਫਰਮਾਇਆ, ਅਗਰ ਦੂਧ ਪੀਤੇ ਬੱਚੇ ਨਾ ਹੋ, ਜ਼ਮੀਨ ਪਰ ਚੱਲਣੇ ਵਾਲੇ ਜਾਨਵਰ ਨਾ ਹੋ, ਔਰ ਮੇਰੀ ਬਾਰਗਾਹ ਮੈਂ ਝੁਕਣੇ ਵਾਲੇ ਬੰਦੇ ਨਾ ਹੋ, ਤਾਂ ਮੈਂ ਸਾਰੀ ਦੁਨੀਆ ਕੋ ਖਤਮ ਫਰਮਾ ਦਾ। ਅਗਰ ਇਹ ਅਜ਼ਾਬ ਟਲਦੇ ਨੇ, ਇਹ ਤਿੰਨਾਂ ਵਜ੍ਹਾ ਤੋਂ ਚਲਦੇ ਨੇ, ਮਾਸੂਮ ਬੱਚੇ ਅਤੇ ਜਾਨਵਰਾਂ ਦੀ ਵਜ੍ਹਾ ਨਾਲ, ਅਤੇ ਅੱਲਾ ਦੀ ਬਾਰਗਾਹ 'ਚ ਚੁੱਕਣ ਵਾਲੇ ਬੰਦਿਆਂ ਦੀ ਵਜ੍ਹਾ ਨਾਲ, ਤੇਰੀ ਸਾਰੀ ਮਖਲੂਕ ਹੀ ਅੱਲਾ ਦੀ ਬਾਰਗਾਹ 'ਚ ਚੁੱਕ ਜੇ, ਬਾਕੀ ਨਹੀਂ ਕਿ ਅੱਲਾ ਤਾਲਾ ਸਾਡੇ ਤੋਂ ਇਤਾਬ ਟਾਲ ਦੇਵੇ। ਮੈਂ ਕੱਲ੍ਹ ਵੀ ਫਜਰ ਦੇ ਦਰਸ 'ਚ ਵੀ ਕਹਿ ਰਿਹਾ ਸਾਂ ਕਿ ਤੁਸੀਂ ਹੱਥ ਧੋਂਦੇ ਹੋ ਨਾ, ਘੰਟੇ ਬਾਅਦ ਜਾਂ ਦੋ ਬਾਅਦ ਜਾਂ ਵੀ ਵਕਤ ਮਿਲਦਾ, 20 ਸੈਕਿੰਡ ਧੋਣੇ, ਤਾਂ 20 ਸੈਕਿੰਡ ਨਾਲ ਕਲਮਾ ਸ਼ਰੀਫ ਪੜ੍ਹ ਲਓ, ਇਨਸ਼ਾਅੱਲਾ ਕੁਛ ਉਹ ਜਰਾਸੀਮ ਜਿਹੜੇ ਨੇ ਉਹ ਸਾਬਣ ਖਤਮ ਕਰ ਦੇਗਾ, ਅਤੇ ਅੱਲਾ ਦੀ ਨਾਰਾਜ਼ਗੀ ਵਾਲੇ ਜਿਹੜੇ ਸਾਡੇ ਅੰਦਰ ਜਰਾਸੀਮ ਨੇ ਨਾ, ਉਹ ਇਨਸ਼ਾਅੱਲਾ ਕਲਮੇ ਪਾਕ ਦੀ ਬਰਕਤ ਨਾਲ ਕੰਮ ਹੋ ਜਾਣਗੇ। ਠੀਕ ਹੈ, ਕਲਮਾ ਸ਼ਰੀਫ ਬਾਰ ਬਾਰ ਪੜ੍ਹੋ, ਔਰ ਕਿਉਂ ਨਹੀਂ ਅਸਾਂ ਘਰਾਂ ਅੰਦਰ ਫਾਰੇਗਾ, ਹਰ ਬੰਦਾ ਇਰਾਦਾ ਕਰੇ ਕਿ 14-15 ਦਿਨ ਵਾਸਤੇ ਕਾਰੋਬਾਰ ਬੰਦ ਨੇ, ਅਸਾਂ ਡੇਲੀ ਇਨਸ਼ਾਅੱਲਾ 2-2, 3-3 ਪਾਰੇ ਪੜ੍ਹਨੇ ਨੇ, ਹਰ ਨਮਾਜ਼ ਨਾਲ ਵੀ ਇੱਕ ਪਾਰਾ ਤਿਲਾਵਤ ਕਰੀਏ ਤਾਂ ਫਿਰ ਵੀ 5 ਪਾਰੇ ਹੋ ਜਾਂਦੇ। ਠੀਕ ਹੈ, ਕਿਉਂ ਨਾ ਅਸੀਂ ਇਰਾਦਾ ਕਰੀਏ ਅਸਾਂ ਹਰ ਘਰ 'ਚ 1.25 ਲੱਖ ਮਰਤਬਾ ਦਰੂਦ ਸ਼ਰੀਫ ਪੜ੍ਹਨਾ, ਨਬੀ ਪਾਕ ਦੀ ਜ਼ਾਤ ਦਰੂਦ ਪਾਕ ਪੜ੍ਹਿਆ ਜਾਏ ਤਾਂ ਵਬਾਵਾਂ ਅਤੇ ਬਿਮਾਰੀਆਂ ਟਲ ਜਾਂਦੀਆਂ। ਠੀਕ ਹੈ ਨਾ, ਅਸੀਂ ਇਰਾਦੇ ਨਹੀਂ ਕਰਦੇ, ਸਾਨੂੰ ਸੋਸ਼ਲ ਮੀਡੀਆ ਤੋਂ ਟਾਈਮ ਵੀ ਨਹੀਂ, ਹਰ ਬੰਦਾ ਜਨਾਬ ਬੈਠਾ ਹੈ, ਉਹ ਐਸੀ ਬਿਮਾਰੀ ਲੱਗ ਗਈ ਜਨਾਬ, 8-8, 10-10 ਘੰਟੇ ਸਾਰੀ ਸਿਰ ਰਾਤ ਅਸੀਂ, ਔਰ ਫਜਰ ਦੀ ਨਮਾਜ਼ 'ਚ ਰੂਟੀਨ ਦੇ ਮੁਤਾਬਕ ਉਹੀ 2-3 ਸਫ਼ਾ ਹੁੰਦੀਆਂ ਨੇ। ਖੁਦਾ ਦੇ ਬੰਦੇ ਹੋ, ਅੱਲਾ ਦੀ ਬਾਰਗਾਹ ਚੁੱਕਾਂਗੇ, ਮਾਫ਼ੀ ਮੰਗਾਂਗੇ ਅਤੇ ਫਿਰ ਹੀ ਰੱਬ ਰਾਜ਼ੀ ਹੋਵੇਗਾ। ਅੱਲਾ ਸਾਨੂੰ ਆਪਣੀ ਬਾਰਗਾਹ ਚੁੱਕਣ ਦੀ ਤੋਫੀਕ ਅਤਾ ਫਰਮਾਏ, ਆਲਮੇ ਇਸਲਾਮ ਨੂੰ ਅੱਲਾ ਤਾਲਾ ਆਪਣੀ ਰਹਿਮਤ ਨਾਲ ਮਾਫ਼ੀ ਅਤਾ ਫਰਮਾਏ, ਨਬੀ ਪਾਕ ਸਰਕਾਰ ਦਾ ਸਦਕਾ ਮਾਫ਼ੀ ਅਤਾ ਫਰਮਾਏ।